ਬੀ ਜੀ ਸਤਿ ਸ਼੍ਰੀ ਅਕਾਲ ਇੱਥੇ ਖੜੋ ਬਾ ਠੀਕ ਹੈ ਇੱਥੇ ਖੜੇ ਧੱਕਾ ਨਾ ਦਿਓ ਬੋਲੋ 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 ਬੇਟਾ ਬਾਹਰ ਥੱਲੇ ਕਰ ਲੋ ਬਾਹਰ ਜੀ ਥੋੜਾ ਸਾਈਡ ਦੇ ਬਾਹਰ ਜੀ ਬਾਹਰ ਥੱਲੇ ਕਰੋ ਜੀ ਜੀ ਸਰ ਕਿਸਾਨਾਂ ਦਾ ਕਹਿਣਾ ਹੈ ਜਾਂ ਤਾਂ ਤੁਸੀਂ ਉਹਨਾਂ ਦਾ ਸਮਰਥਨ ਕਰੋ ਉਹਨਾਂ ਦੇ ਨਾਲ ਧਰਨੇ ਤੇ ਆ ਕੇ ਬੈਠੋ ਤੇ ਜਾਂ ਫਿਰ ਅਸਤੀਫਾ ਦਿਓ ਕੀ ਕਹੋਗੇ ਜੀ ਮੰਗਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ ਕੀ ਉਹ ਜਾਇਜ਼ ਹੈਗੀਆਂ ਜੀ ਮੰਗਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀਆਂ ਕਰ ਰਹੇ ਹੈਗੇ ਹਾਂਜੀ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਸਾਰੇ ਪੰਜਾਬ ਦੇ ਜਿਹੜੇ ਸਿੰਗਰ ਹੈਗੇ ਨੇ ਸਾਰਿਆਂ ਨੇ ਸਨਮਾਨ ਜਿਹੜੇ ਵਾਪਸ ਕੀਤੇ ਨੇ ਤੁਹਾਨੂੰ ਵੀ ਬਹੁਤ ਸਾਰੇ ਸਨਮਾਨ ਮਿਲੇ ਸੀ ਕੀ ਤੁਸੀਂ ਪੰਜਾਬ ਦੇ ਸਿੰਗਰਾਂ ਦੇ ਨਾਲ ਹੋ ਸ਼ਰੇਆਮ ਨਾਲ ਸ਼ਰੇਆਮ ਨਾਲ ਮੈਂ ਪੰਜਾਬ 'ਚ ਹੀ ਹਾਂ ਪੰਜਾਬੀ ਹਾਂ ਦੂਜੀ ਗੱਲ ਇਹ ਹੈ ਜੀ ਕਿਸਾਨਾਂ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਜੀ ਕਹਿ ਰਹੇ ਨੇ ਕਿ ਉਹ ਕਿਸਾਨਾਂ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਗੇ ਮੈਂ ਉਹਨਾਂ ਦੇ ਨਾਲ ਹੀ ਬੈਠਾ ਕਲਾਈਮੈਕਸ 'ਤੇ ਦੇਖਿਓ ਕੌਣ ਬੈਠਾ ਸੀ ਉਹ ਕੁਛ ਲੋਕ ਹੁੰਦੇ ਆਪਣਾ ਵਾਰ ਵਾਰ ਬੂਥਾਂ ਦਿਖਾਉਣਾ ਚਾਹੁੰਦੇ ਟੀ ਵੀ 'ਚ ਮੈਂ ਉਹਨਾਂ 'ਚੋਂ ਨਹੀਂ ਗਾ ਮੈਂ ਡੇ 1 ਤੋਂ ਜੁੜਿਆ ਹੋਇਆ ਔਰ ਜਿੱਦਣ ਕਲਾਈਮੈਕਸ ਹੋਇਆ ਉੱਦਣ ਕਿਸਾਨ ਜਥੇਬੰਦੀਆਂ ਵੀ ਦੱਸਣਗੀਆਂ ਸਰਕਾਰ ਵੀ ਦੱਸੇਗੀ ਕਿ ਇੱਕ ਅਦਨਾ ਜਿਹਾ ਬੰਦਾ ਉਹ ਵੀ ਲੱਗਾ ਹੋਇਆ ਸੀ ਉਹਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਲੱਗ ਤੋਂ ਇਲੈਕਸ਼ਨ ਲੜ ਰਹੀ ਹੈ ਜਾਂ ਅਕਾਲੀ ਦਲ ਦੇ ਨਾਲ ਲੜੇਗੀ ਇਹ ਨਹੀਂ ਮੇਰਾ ਲਾਈਨ ਸਰ ਕਿਸਾਨਾਂ ਦਾ ਕਹਿਣਾ ਹੈ ਜਾਂ ਤਾਂ ਤੁਸੀਂ ਉਹਨਾਂ ਦਾ ਸਮਰਥਨ ਕਰੋ ਉਹਨਾਂ ਦੇ ਨਾਲ ਧਰਨੇ ਤੇ ਆ ਕੇ ਬੈਠੋ ਤੇ ਜਾਂ ਫਿਰ ਅਸਤੀਫਾ ਦਿਓ ਕੀ ਕਹੋਗੇ ਜੀ ਹਾਂਜੀ ਕੋਈ ਨਹੀਂ ਦੇਖਦੇ ਅੱਛਾ ਨਹੀਂ ਸਰ ਕਿਸਾਨ ਕਹਿ ਰਿਹਾ ਕਿ ਅਗਰ ਹੰਸ ਰਾਜ ਜੀ ਹੰਸ ਸਾਡੇ ਨਾਲ ਸਮਰਥਨ ਕਰਦੇ ਤਾਂ ਸਾਡੇ ਦੇ ਵਿੱਚ ਆਂਦੇ ਕਿਉਂ ਨਹੀਂ ਪਏਗੇ ਸਰ ਉਹਨਾਂ ਦਾ ਸਵਾਲ ਹੈ ਕਿਸਾਨਾਂ ਦਾ ਠੀਕ ਹੈ ਮੰਗਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ ਕੀ ਉਹ ਜਾਇਜ਼ ਹੈਗੀਆਂ ਜੀ ਮੰਗਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀਆਂ ਕਰ ਰਹੇ ਹੈਗੇ ਆਪਣੇ ਭਾਈ ਆ ਹਾਂਜੀ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਸਾਰੇ ਪੰਜਾਬ ਦੇ ਜਿਹੜੇ ਸਿੰਗਰ ਹੈਗੇ ਨੇ ਸਾਰਿਆਂ ਨੇ ਸਨਮਾਨ ਜਿਹੜੇ ਵਾਪਸ ਕੀਤੇ ਨੇ ਤੁਹਾਨੂੰ ਵੀ ਬਹੁਤ ਸਾਰੇ ਸਨਮਾਨ ਮਿਲੇ ਸੀ ਕੀ ਤੁਸੀਂ ਪੰਜਾਬ ਦੇ ਸਿੰਗਰਾਂ ਦੇ ਨਾਲ ਹੋ ਸ਼ਰੇਆਮ ਨਾਲ ਸ਼ਰੇਆਮ ਨਾਲ ਮੈਂ ਪੰਜਾਬ 'ਚ ਹੀ ਹਾਂ ਪੰਜਾਬੀ ਹਾਂ ਦੂਜੀ ਗੱਲ ਇਹ ਹੈ ਜੀ ਕਿਸਾਨਾਂ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਜੀ ਕਹਿ ਰਹੇ ਨੇ ਕਿ ਉਹ ਕਿਸਾਨਾਂ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਗੇ ਮੈਂ ਉਹਨਾਂ ਦੇ ਨਾਲ ਹੀ ਬੈਠਾ ਕਲਾਈਮੈਕਸ 'ਤੇ ਦੇਖਿਓ ਕੌਣ ਬੈਠਾ ਸੀ ਉਹ ਕੁਛ ਲੋਕ ਹੁੰਦੇ ਆਪਣਾ ਵਾਰ ਵਾਰ ਬੂਥਾਂ ਦਿਖਾਉਣਾ ਚਾਹੁੰਦੇ ਟੀ ਵੀ 'ਚ ਮੈਂ ਉਹਨਾਂ 'ਚੋਂ ਨਹੀਂ ਗਾ ਮੈਂ ਡੇ 1 ਤੋਂ ਜੁੜਿਆ ਹੋਇਆ ਔਰ ਜਿੱਦਣ ਕਲਾਈਮੈਕਸ ਹੋਇਆ ਉੱਦਣ ਕਿਸਾਨ ਜਥੇਬੰਦੀਆਂ ਵੀ ਦੱਸਣਗੀਆਂ ਸਰਕਾਰ ਵੀ ਦੱਸੇਗੀ ਕਿ ਇੱਕ ਅਦਨਾ ਜਿਹਾ ਬੰਦਾ ਉਹ ਵੀ ਲੱਗਾ ਹੋਇਆ ਸੀ ਉਹਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਲੱਗ ਤੋਂ ਇਲੈਕਸ਼ਨ ਲੜ ਰਹੀ ਹੈ ਜਾਂ ਅਕਾਲੀ ਦਲ ਦੇ ਨਾਲ ਲੜੇਗੀ ਇਹ ਨਹੀਂ ਮੇਰਾ ਲਾਈਨ